ਵਾਹ ਦਾ ਤੂਫਾਨ ਅਕਾਲੀ ਦਲ ਬੀਜੇਪੀ ਚੱਲ ਰਿਹਾ ਹੈ ਅਤੇ ਅੱਜ ਤੂਫਾਨ ਨੂੰ ਜ਼ਿਆਦਾ ਬਲਬ ਰਿਹਾ। ਇੰਦਰ ਸੇਖਰੀ ਜੀ ਜੋ ਇੱਥੋਂ ਦੇ ਜਿਹੜੇ ਕਾਂਗਰਸ ਦੇ ਲੀਡਰ ਸੇਖਰੀ ਸੀ ਉਹਨਾਂ ਦੇ ਭਰਾ ਹੈ, ਪਰ ਅਸਲੀ ਪਾਵਰ ਸੈਂਟਰ ਆ ਸੀ, ਸੇਵਾ ਇਹਨਾਂ ਦੀ ਸੀ, ਉਹ ਮੇਵਾ ਖਾਂਦੇ ਸੀ। ਅਤੇ ਇਸ ਕਰਕੇ ਅੱਜ ਇੰਦਰ ਸੇਖਰੀ ਸਾਡੇ ਨਾਲ ਆਏ ਹੈ ਅਤੇ ਕਾਂਗਰਸ ਦਾ ਸਫਾਇਆ ਹੁਣ ਬਟਾਲੇ 'ਚ ਵੀ ਹੋ ਗਿਆ। 30-35 ਹਜ਼ਾਰ ਦੀ ਲੀਡ ਪਠਾਨਕੋਟ ਡਿਸਟ੍ਰਿਕਟ ਤਾਂ ਹੋ ਗਈ ਹੈ, 4 ਹਲਕਿਆਂ 'ਚ। ਇੱਥੇ ਤਾਂ ਫਿਰ ਤਾਂ ਇੱਥੇ ਦਾ ਕੰਮ ਵਧੀਆ ਹੈ ਨਾ। ਮੈਂ ਉੱਧਰੋਂ ਮੈਂ ਦੱਸਦਾ, ਮੈਂ ਇਹਨੂੰ ਕੈਪਟਨ ਨੂੰ ਇੰਨਾ ਪਤਾ ਕਿ ਇੱਥੇ ਹੀ ਕਰ ਲਏ ਰੋਡ ਸ਼ੋਅ, ਕਿਤੇ ਆਇਆ ਨਾ ਟੱਪ ਜੇ ਹਲਕਾ ਕਿਤੇ ਅੰਮ੍ਰਿਤਸਰ ਪਹੁੰਚ ਜੇ, ਉਹਨੂੰ ਤਾਂ ਪਤਾ ਹੀ ਨਹੀਂ ਹੈ ਅਤੇ ਮਿਲਣਾ ਤਾਂ ਪਤਾ ਨਹੀਂ ਹੋਊਗਾ। ਸ਼ੁਰੂ ਹੈ ਬੱਸ 'ਤੇ ਉਹਨੇ ਕੁਰਸੀ ਲਾ ਦਈ ਹੈ ਅਤੇ ਮੈਂ ਤਾਂ ਕਿਹਾ ਕਾਂਗਰਸੀ ਫੜ ਕੇ ਰੱਖ ਲਿਓ ਕੁਰਸੀ ਨਾ ਪਿਆ ਵਿਚਾਰਾ ਕੈਪਟਨ ਹੋਰ।